ਇੱਕ ਮਾਮੂਲੀ ਗੱਲ ਦੇ ਪਿੱਛੇ ਕੋਈ ਕਿਸੇ ਦੀ ਜਾਨ ਦਾ ਦੁਸ਼ਮਣ ਕਿਵੇਂ ਬਣ ਸਕਦਾ। ਪਰ ਇੱਕ ਸ਼ਖਸ ਬਣਿਆ, ਬ੍ਰਿਜ਼ਾ ਕਾਰ ਦੇ ਵਿੱਚ ਸਵਾਰ ਹੋਇਆ ਇਹ ਸ਼ਖਸ, ਜਿਸ ਨੇ ਤੁਰੇ ਜਾ ਰਹੇ ਬੰਦੇ ਨੂੰ ਕੁਚਲ ਦਿੱਤਾ। ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਸ਼ਖਸ ਪੈਦਲ ਤੁਰਿਆ ਜਾ ਰਿਹਾ, ਪਿੱਛੋਂ ਦੀ ਲਾਲ ਰੰਗ ਦੀ ਬ੍ਰਿਜ਼ਾ ਕਾਰ ਆਈ, ਜਿਸ ਨੇ ਇਸ ਸ਼ਖਸ ਨੂੰ ਕੁਚਲ ਦਿੱਤਾ। ਗੱਡੀ ਦੇ ਟਾਇਰ ਇਸ ਦੀਆਂ ਲੱਤਾਂ ਉੱਪਰੋਂ ਦੀ ਲੰਘ ਗਏ, ਮੂੰਹ ਤੇ ਵੀ ਸੱਟਾਂ ਲੱਗੀਆਂ ਨੇ। ਨਜ਼ਦੀਕ ਖੜੀ PCR ਦੀ ਕਾਰ ਆਈ, ਜਿਸ ਨੇ ਇਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਪੂਰੀ ਵਾਰਦਾਤ ਦਾ ਕਾਰਨ ਥੋੜਾ ਸਮਾਂ ਪਹਿਲਾਂ ਹੋਈ ਬਹਿਸ ਸੀ, ਜਿਸ ਤੋਂ ਬਾਅਦ ਬ੍ਰਿਜ਼ਾ ਦੇ ਵਿੱਚ ਸਵਾਰ ਸ਼ਖਸ ਦੇ ਵੱਲੋਂ ਇਸ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਦੱਸਦੇ ਕਿ ਬ੍ਰਿਜ਼ਾ ਕਾਰ ਸਾਈਡ 'ਤੇ ਕਰਨ ਦੇ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਤੂੰ ਮੈਂ ਹੋਈ ਔਰ ਇਹ ਸ਼ਖਸ ਪੈਦਲ ਤੁਰਿਆ ਜਾ ਰਿਹਾ ਸੀ ਤਾਂ ਪਿੱਛੋਂ ਲਿਆ ਕੇ ਬ੍ਰਿਜ਼ਾ ਕਾਰ ਇਸ ਦੇ ਉੱਪਰ ਹੀ ਝਾੜ ਦਿੱਤੀ। ਇਹ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 45 ਦੀਆਂ ਨੇ। ਸ਼ਖਸ ਗੰਭੀਰ ਜ਼ਖਮੀ ਹੋਇਆ, ਜਿਸ ਨੂੰ PCR ਗੱਡੀ ਦੇ ਵਿੱਚ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜੋ ਜ਼ਖਮੀ ਹੋਇਆ ਉਹ ਕੈਟਰਿੰਗ ਦਾ ਕੰਮ ਕਰਦਾ ਹੈ ਔਰ ਸ਼ਾਮ ਨੂੰ ਘਰੋਂ ਬਾਹਰ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਗੱਡੀ ਦੇ ਵਿੱਚ ਸਵਾਰ ਹੋ ਕੇ, ਤਾਂ ਬ੍ਰਿਜ਼ਾ ਵਾਲਾ ਅੱਗਿਓਂ ਇਸ ਨੂੰ ਟੱਕਰ ਗਿਆ। ਇਸ ਨੇ ਸਾਈਡ ਕਰਨ ਦੇ ਲਈ ਪਿੱਛੋਂ ਹਾਰਨ ਮਾਰਿਆ, ਪਰ ਇਸ ਨੇ ਗੱਡੀ ਪਿੱਛੇ ਨਹੀਂ ਕੀਤੀ ਤਾਂ ਇਹ ਸ਼ਖਸ ਗੱਡੀ ਦੇ ਵਿੱਚੋਂ ਬਾਹਰ ਆਇਆ ਅਤੇ ਇਸ ਨੂੰ ਸਾਈਡ ਕਰਨ ਦੇ ਲਈ ਕਿਹਾ। ਉਦੋਂ ਤਾਂ ਇਹ ਗੱਲ ਮੰਨ ਗਿਆ, ਫਿਰ ਵੀ ਇਸ ਨੇ ਕਿੜ ਰੱਖੀ। ਜਦੋਂ ਇਹ ਤੁਰਿਆ ਜਾ ਰਿਹਾ ਸ਼ਖਸ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਘਰ ਦੇ ਵੱਲ ਹੋਇਆ ਤਾਂ ਬ੍ਰਿਜ਼ਾ ਕਾਰ ਨੇ ਪਿੱਛਾ ਕਰਕੇ ਇਸ ਦੇ ਉੱਪਰ ਹੀ ਕਾਰ ਚੜਾ ਦਿੱਤੀ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਦੇ ਗੰਭੀਰ ਸੱਟਾਂ ਲੱਗੀਆਂ ਨੇ। ਦੱਸਦੇ ਕਿ ਇਹ ਸ਼ਖਸ ਕੈਟਰਿੰਗ ਦਾ ਕੰਮ ਕਰਦਾ ਹੈ, ਜੋ ਰਾਤ ਵੇਲੇ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਉਦੋਂ ਇਸ ਦੀ ਬ੍ਰਿਜ਼ਾ ਕਾਰ ਵਾਲੇ ਦੇ ਨਾਲ ਤੂੰ ਮੈਂ ਹੋ ਗਈ ਔਰ ਇੰਨੀ ਕੁ ਗੱਲ ਦੇ ਪਿੱਛੇ ਬ੍ਰਿਜ਼ਾ ਕਾਰ ਸਾਈਡ 'ਤੇ ਕਰਨ ਨੂੰ ਲੈ ਕੇ ਇਸ ਸ਼ਖਸ ਦੇ ਵੱਲੋਂ ਤੁਰੇ ਜਾ ਰਹੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਪੁਲਿਸ ਦੇ ਵੱਲੋਂ CCTV ਤਸਵੀਰਾਂ ਨੂੰ ਆਧਾਰ ਬਣਾ ਕੇ ਇਸ ਸ਼ਖਸ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਜਾਵੇਗਾ। ਇੱਕ ਮਾਮੂਲੀ ਗੱਲ ਦੇ ਪਿੱਛੇ ਕੋਈ ਕਿਸੇ ਦੀ ਜਾਨ ਦਾ ਦੁਸ਼ਮਣ ਕਿਵੇਂ ਬਣ ਸਕਦਾ। ਪਰ ਇੱਕ ਸ਼ਖਸ ਬਣਿਆ, ਬ੍ਰਿਜ਼ਾ ਕਾਰ ਦੇ ਵਿੱਚ ਸਵਾਰ ਹੋਇਆ ਇਹ ਸ਼ਖਸ, ਜਿਸ ਨੇ ਤੁਰੇ ਜਾ ਰਹੇ ਬੰਦੇ ਨੂੰ ਕੁਚਲ ਦਿੱਤਾ। ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਸ਼ਖਸ ਪੈਦਲ ਤੁਰਿਆ ਜਾ ਰਿਹਾ, ਪਿੱਛੋਂ ਦੀ ਲਾਲ ਰੰਗ ਦੀ ਬ੍ਰਿਜ਼ਾ ਕਾਰ ਆਈ, ਜਿਸ ਨੇ ਇਸ ਸ਼ਖਸ ਨੂੰ ਕੁਚਲ ਦਿੱਤਾ। ਗੱਡੀ ਦੇ ਟਾਇਰ ਇਸ ਦੀਆਂ ਲੱਤਾਂ ਉੱਪਰੋਂ ਦੀ ਲੰਘ ਗਏ, ਮੂੰਹ ਤੇ ਵੀ ਸੱਟਾਂ ਲੱਗੀਆਂ ਨੇ। ਨਜ਼ਦੀਕ ਖੜੀ PCR ਦੀ ਕਾਰ ਆਈ, ਜਿਸ ਨੇ ਇਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਪੂਰੀ ਵਾਰਦਾਤ ਦਾ ਕਾਰਨ ਥੋੜਾ ਸਮਾਂ ਪਹਿਲਾਂ ਹੋਈ ਬਹਿਸ ਸੀ, ਜਿਸ ਤੋਂ ਬਾਅਦ ਬ੍ਰਿਜ਼ਾ ਦੇ ਵਿੱਚ ਸਵਾਰ ਸ਼ਖਸ ਦੇ ਵੱਲੋਂ ਇਸ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਦੱਸਦੇ ਕਿ ਬ੍ਰਿਜ਼ਾ ਕਾਰ ਸਾਈਡ 'ਤੇ ਕਰਨ ਦੇ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਤੂੰ ਮੈਂ ਹੋਈ ਔਰ ਇਹ ਸ਼ਖਸ ਪੈਦਲ ਤੁਰਿਆ ਜਾ ਰਿਹਾ ਸੀ ਤਾਂ ਪਿੱਛੋਂ ਲਿਆ ਕੇ ਬ੍ਰਿਜ਼ਾ ਕਾਰ ਇਸ ਦੇ ਉੱਪਰ ਹੀ ਝਾੜ ਦਿੱਤੀ। ਇਹ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 45 ਦੀਆਂ ਨੇ। ਸ਼ਖਸ ਗੰਭੀਰ ਜ਼ਖਮੀ ਹੋਇਆ, ਜਿਸ ਨੂੰ PCR ਗੱਡੀ ਦੇ ਵਿੱਚ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜੋ ਜ਼ਖਮੀ ਹੋਇਆ ਉਹ ਕੈਟਰਿੰਗ ਦਾ ਕੰਮ ਕਰਦਾ ਹੈ ਔਰ ਸ਼ਾਮ ਨੂੰ ਘਰੋਂ ਬਾਹਰ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਗੱਡੀ ਦੇ ਵਿੱਚ ਸਵਾਰ ਹੋ ਕੇ, ਤਾਂ ਬ੍ਰਿਜ਼ਾ ਵਾਲਾ ਅੱਗਿਓਂ ਇਸ ਨੂੰ ਟੱਕਰ ਗਿਆ। ਇਸ ਨੇ ਸਾਈਡ ਕਰਨ ਦੇ ਲਈ ਪਿੱਛੋਂ ਹਾਰਨ ਮਾਰਿਆ, ਪਰ ਇਸ ਨੇ ਗੱਡੀ ਪਿੱਛੇ ਨਹੀਂ ਕੀਤੀ
ਤਾਂ ਇਹ ਸ਼ਖਸ ਗੱਡੀ ਦੇ ਵਿੱਚੋਂ ਬਾਹਰ ਆਇਆ ਤੇ ਇਸ ਨੂੰ ਸਾਈਡ ਕਰਨ ਦੇ ਲਈ ਕਿਹਾ। ਉਦੋਂ ਤਾਂ ਇਹ ਗੱਲ ਮੰਨ ਗਿਆ, ਫਿਰ ਵੀ ਇਸਨੇ ਕਿੜ ਰੱਖੀ। ਜਦੋਂ ਇਹ ਤੁਰਿਆ ਜਾ ਰਿਹਾ ਸ਼ਖਸ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਘਰ ਦੇ ਵੱਲ ਹੋਇਆ ਤਾਂ ਬਰੀਜ਼ਾ ਕਾਰ ਨੇ ਪਿੱਛਾ ਕਰਕੇ ਇਸ ਦੇ ਉੱਪਰ ਹੀ ਕਾਰ ਚੜਾ ਦਿੱਤੀ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਦੇ ਗੰਭੀਰ ਸੱਟਾਂ ਲੱਗੀਆਂ ਨੇ। ਦੱਸਦੇ ਕਿ ਇਹ ਸ਼ਖਸ ਕੈਟਰਿੰਗ ਦਾ ਕੰਮ ਕਰਦਾ ਹੈ, ਜੋ ਰਾਤ ਵੇਲੇ ਆਪਣੇ ਦੋਸਤਾਂ ਦੇ ਨਾਲ ਗਿਆ ਸੀ। ਉਦੋਂ ਇਸ ਦੀ ਬਰੀਜ਼ਾ ਕਾਰ ਵਾਲੇ ਦੇ ਨਾਲ ਤੂੰ ਤੂੰ ਮੈਂ ਹੋ ਗਈ, ਔਰ ਇੰਨੀ ਕੁ ਗੱਲ ਦੇ ਪਿੱਛੇ ਬਰੀਜ਼ਾ ਕਾਰ ਸਾਈਡ 'ਤੇ ਕਰਨ ਨੂੰ ਲੈ ਕੇ ਇਸ ਸ਼ਖਸ ਦੇ ਵੱਲੋਂ ਤੁਰੇ ਜਾ ਰਹੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਪੁਲਿਸ ਦੇ ਵੱਲੋਂ CCTV ਤਸਵੀਰਾਂ ਨੂੰ ਆਧਾਰ ਬਣਾ ਕੇ ਇਸ ਸ਼ਖਸ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਜਾਵੇਗਾ।